ਆਵਾਂਗੇ ਹੁਣ ਮੈਂ ਰਿਕੁਐਸਟ ਕਰਾਂਗਾ ਭੁਪਿੰਦਰ ਵੀ ਜੀ ਨੂੰ ਕੁਝ ਵਿਚਾਰ ਸ਼ੇਅਰ ਕਰਨ ਜੋ ਬੋਲੇ ਸੋ ਨਿਹਾਲ ਸਤਿਗੁਰੂ ਨਾਨਕ ਦੇਵ ਜੀ ਨੇ ਸਾਡੇ 'ਤੇ ਬੜਾ ਪਰਉਪਕਾਰ ਕੀਤਾ ਕਿ ਸਾਨੂੰ ਉਹ ਰਾਹ ਦੱਸ ਦਿੱਤਾ ਜਿਹਦੇ 'ਤੇ ਅਗਰ ਅੱਜ ਅਸੀਂ ਪਕੜ ਲਈਏ ਤਾਂ ਉਹਦੇ ਰਾਹ ਵਿੱਚ ਸਾਨੂੰ ਸਭ ਕਿਸਮ ਦੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ ਇਸੇ ਕਰਕੇ ਅਸੀਂ ਕਹਿੰਦੇ ਹਾਂ ਨਮਸਕਾਰ ਡੰਡੌਤ ਪੰਨਾ ਸਰਬ ਕਲਾ ਸਮਰੱਥ ਡੋਲ ਨਾ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਹੁਣ ਉਸ ਗੁਰੂ ਸਾਹਿਬ ਦੀ ਅਸੀਂ ਛੋਟੇ ਬੱਚੇ ਕੀ ਤਾਰੀਫ ਕਰ ਸਕਦੇ ਹਾਂ ਪਰ ਜਿਹੜੇ ਵੱਡੇ ਵੱਡੇ ਸ਼ਾਇਰ ਹੋਏ ਹੈ ਸਰ ਮੁਹੰਮਦ ਇਕਬਾਲ ਕਹਿੰਦਾ ਹੈ ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ ਇੱਕ ਮਰਦ ਕਾਮਲ ਨੇ ਜਗਾਇਆ ਖੁਆਬ ਸੇ ਉਹਨਾਂ ਨੇ ਤਾਂ ਜਗਾ ਦਿੱਤਾ ਪਰ ਅਸੀਂ ਸਮਝੇ ਨਹੀਂ ਇਸੇ ਕਰਕੇ ਸਾਡੀ ਜਿਹੜੀ ਪੰਜਾਬੀ ਕੌਮ ਹੈ ਜਿਹੜੀ ਪਿਛਲੇ 2000 ਸਾਲ ਤੋਂ ਜਿਹਦੀ ਇਤਿਹਾਸ ਦੀਆਂ ਗੱਲਾਂ ਅਲੈਗਜ਼ੈਂਡਰ ਲਿਖ ਗਿਆ ਅਸੀਂ ਉੱਥੇ ਖਲੋਤੇ ਹੋਏ ਹਾਂ ਅਸੀਂ ਆਪਣੇ ਰੂਪ ਧਾਰਨ ਕਰ ਲਏ ਕਈ ਕਿਸਮ ਦੇ ਲੇਕਿਨ ਇਹ ਸਤਿਗੁਰ ਨਾਨਕ ਦੀ ਹੀ ਇੱਕ ਮਹਿਮਾ ਹੈ ਕਿ ਸਾਨੂੰ ਉਹਨਾਂ ਨੇ ਉਹ ਯੋਗਦਾਨ ਦਿੱਤਾ ਜਿਹੜਾ ਅੱਜ ਸਾਡੇ ਕੋਲ ਦਸਾਂ ਗੁਰੂਆਂ ਦੇ ਆਸ਼ੀਰਵਾਦ ਨਾਲ ਗੁਰੂ ਗ੍ਰੰਥ ਸਾਹਿਬ ਦੀ ਸ਼ਕਲ ਵਿੱਚ ਸਭ ਦੇ ਕੋਲ ਪ੍ਰਾਪਤ ਹੈ ਹੁਣ ਕੀ ਇਹ ਨੌਜਵਾਨ ਤਬਕਾ ਜ਼ਰਾ ਸੋਚੇ ਰੌਸ਼ਨੀ ਬਣ ਕੇ ਫਿਜ਼ਾਓਂ ਮੇਂ ਬਿਖਰਨਾ ਹੋਗਾ ਦਿਲ ਕੇ ਡੂਬੇ ਹੋਏ ਤਾਰੋਂ ਕੋ ਉਭਰਨਾ ਹੋਗਾ ਮੇਰੀ ਅਰਮਾਂ ਭਰੀ ਮਹਿਫਲ ਕੋ ਸਜਾਨੇ ਕੇ ਲੀਏ ਐ ਜ਼ਿੰਦਗੀ ਤੁਝਕੋ ਦੁਲਹਨ ਕੀ ਤਰ੍ਹਾਂ ਸੰਵਰਨਾ ਹੋਗਾ ਆਜ ਮੈਂ ਆਪਸੇ ਇੱਕ ਬਾਤ ਕਹੂੰਗਾ ਮੇਰੇ ਨੌਜਵਾਨ ਦੋਸਤੋ ਇਹ ਸਭ ਕੇ ਲੀਏ ਹੈ ਸਿੱਖੋਂ ਕੇ ਪਾਸ ਤਾਂ ਬਹੁਤ ਬੜਾ ਖਜ਼ਾਨਾ ਹੈ ਉਨਕੋ ਇੱਧਰ ਉੱਧਰ ਭੁੱਲ ਜਾਣਾ ਤਾਂ ਹੋ ਹੀ ਨਹੀਂ ਸਕਤਾ ਲੇਕਿਨ ਹਿੰਦੁਸਤਾਨ ਜਾਂ ਹਮਾਰਾ ਜ਼ਮੀਨ ਕਾ ਜੋ ਦਾਇਰਾ ਹੈ ਇਸਮੇ ਗਲੋਬਲਾਈਜੇਸ਼ਨ ਹੋ ਗਈ ਹੈ ਤੋ ਕੁਛ ਲੋਕ ਹੈ ਜਿਨਕੋ ਅਭੀ ਰੋਸ਼ਨੀ ਕੀ ਤਮੀਜ਼ ਆਨੀ ਹੈ ਲੇਕਿਨ ਹਮਾਰੇ ਪਾਸ ਤੋ ਯੇ ਖਜ਼ਾਨਾ ਪਹਿਲੇ ਹੀ ਹੈ ਵੋ ਯੇ ਵੀ ਕਹਤੇ ਹੈ ਕਰ ਖੁਦੀ ਕੋ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਭਈ ਮਿਹਨਤ ਕਰੋਗੇ ਆਪਣੇ ਆਪ ਕੋ ਸਹੀ ਕਰੋਗੇ ਤਭੀ ਖੁਦਾ ਪੁੱਛੇਗਾ ਕਿਉਂ ਭਈ ਆਪਕੀ ਕਿਆ ਆਰਜ਼ੂ ਹੈ ਉਹ ਪੂਰੀ ਹੋ ਜਾਏਗੀ ਔਰ ਗੁਰੂ ਸਾਹਿਬ ਨੇ ਤੋ ਆਪਸੇ ਬਹੁਤ ਵਾਅਦੇ ਕਰ ਰੱਖੇ ਔਰ ਉਹ ਪੂਰੇ ਕਰਕੇ ਦਿਖਾਤੇ ਹੈ ਅਬ ਦੇਖਣੇ ਕੀ ਬਾਤ ਇਹ ਹੈ ਕਿ ਹਮ ਕਰੇ ਕਿਆ ਤੋ ਉਸਮੇ ਲੋਕ ਕਹਤੇ ਹੈ ਨਸ਼ਾ ਪਿਲਾ ਕੇ ਗਿਰਾਨਾ ਤੋ ਸਭ ਕੋ ਆਤਾ ਹੈ ਨਸ਼ਾ ਪਿਲਾ ਕੇ ਗਿਰਾਨਾ ਤੋ ਸਭ ਕੋ ਆਤਾ ਹੈ ਮਜ਼ਾ ਤੋ ਜਬ ਹੈ ਕਿ ਗਿਰਤੋਂ ਕੋ ਥਾਮ ਲੇ ਸਾਕੀ ਹੰਗਾਮਾ ਅਰਾਈਜ਼ ਮੇਂ ਸਾਰੀ ਰਾਤ ਗੁਜ਼ਰੀ ਹੈ ਸੁਬਹਾ ਕਾ ਵਕਤ ਹੈ ਖੁਦਾ ਕਾ ਨਾਮ ਲੇ ਸਾਕੀ ਤੋ ਮਜ਼ਾ ਬਾਤ ਇਸ ਪੇ ਆਤਾ ਹੈ ਕਿ ਹਮੇਂ ਗਿਰਾਨੇ ਵਾਲੇ ਵੀ ਹੈ ਜੋ ਪੰਜਾਬ ਕਾ ਮੈਸੇਜ ਮਿਲਾ ਹੈ ਜੋ ਡਰੱਗ ਅਡਿਕਸ਼ਨ ਕਾ ਪੈਸੇਜ ਮਿਲਾ ਹੈ ਉਸਸੇ ਹਮਨੇ ਕੁਛ ਸੀਖਨਾ ਹੈ ਔਰ ਮੈਂ YSL ਕੇ ਸਾਰੀ ਟੀਮ ਕੋ ਬਹੁਤ ਮੁਬਾਰਕਬਾਦ ਦੇਤਾ ਹੂੰ ਕਿ ਇਸ ਤਰ੍ਹਾਂ ਕਾ ਇੱਕ ਫੋਰਮ ਬਣਾ ਕੇ ਸਾਰੀ ਮੁੰਬਈ ਮੇਂ ਕਿਆ ਦੁਨੀਆ ਮੇਂ ਇਹ ਫੈਲੇਗਾ ਕਿਆ ਮੈਸੇਜ ਨੌਜਵਾਨੋ ਗੁਰਬਾਣੀ ਸੇ ਲੋਕ ਸੀਖ ਔਰ ਕਾਮ ਕਰੋ ਮਿਹਨਤ ਕਾ ਦੇਖੋ ਉਸਕਾ ਫਲ ਆਪਕੋ ਕੈਸੇ ਪ੍ਰਾਪਤ ਹੋਤਾ ਹੈ ਆਜ ਮੈਂ ਦਿਲ ਮੇਂ ਸੋਚਾ ਕਿ ਜੋ ਇਹ ਇਹਨੇ ਕਿਹਾ ਹੈ ਕਿ ਹਮਾਰੇ ਪਾਸ ਡ੍ਰੀਮਸ ਅਨਲਿਮਿਟਿਡ ਵਾਕਈ ਜੋ ਧਰਤੀ ਪੇ ਬੱਚਾ ਆਤਾ ਹੈ ਤੋ ਵੋ ਬੇਸਿਕਲੀ ਹੈ ਤੋ ਸਿੱਖ ਕਿਉਂ ਉਹ ਨੇਚਰ ਕੇ ਸਾਥ ਹੈ ਲੇਕਿਨ ਕਿਆ ਹੈ ਹਮ ਆਹਿਸਤਾ ਆਹਿਸਤਾ ਉਸਕੋ ਬਦਲ ਡਾਲਤੇ ਹੈ ਗੁਰੂ ਸਾਹਿਬ ਨੇ ਵੀ ਕਿਹਾ ਹੈ ਸਾਬਤ ਸੂਰਤ ਪੰਨੇ ਬੇਈਮਾਨ ਔਰ ਉਸਸੇ ਇਹ ਸਿੱਧ ਹੋਤਾ ਹੈ ਨੇਚਰ ਕੇ ਸਾਥ ਹਮ ਹੈ ਹਮੇਂ ਇਸਕਾ ਹੁਕਮ ਹੈ ਗੁਰੂ ਸਾਹਿਬ ਨੇ ਹੁਕਮ ਦਿਆ ਹੋਇਆ ਹੈ ਕਿ ਨੇਚਰ ਕੇ ਸਾਥ ਰਹੀਏ ਜਿਸ ਤਰ੍ਹਾਂ ਈਸ਼ਵਰ ਨੇ ਆਪਕੋ ਸਭ ਕੁਝ ਦਿਆ ਹੈ ਉਹ ਪ੍ਰਾਪਤੀਆਂ ਆਪਕੋ ਹੋ ਜਾਏਗੀ ਲੇਕਿਨ ਅਬ ਜੋ ਮਜ਼ੇਦਾਰ ਬਾਤ ਇਹ ਹੈ ਕਿ ਜੋ ਪੜ੍ਹਨੇ ਵਾਲੇ ਬੱਚੇ ਹੈ ਨਈ ਦੁਨੀਆ ਮੇਂ ਉਨਕੇ ਪਾਸ ਜੋ ਪੇਸ਼ਾ ਹੈ ਜਾਂ ਪ੍ਰੋਫੈਸ਼ਨ ਹੈ ਬਹੁਤ ਜ਼ਿਆਦਾ ਹੈ ਆਜ ਸੇ 150 ਸਾਲ ਪਹਿਲੇ ਜਬ 1849 ਮੇਂ ਅੰਗਰੇਜ਼ੋਂ ਨੇ ਹਮੇਂ ਦਲੀਪ ਸਿੰਘ ਕੇ ਰਾਜ ਸੇ ਅਲੱਗ ਕਰ ਦਿਆ ਔਰ ਵੋ ਰਾਜ ਇਤਨਾ ਬੜਾ ਥਾ ਜੋ ਕਿ ਕੁਈਨ ਵਿਕਟੋਰੀਆ ਨੇ ਇਸੀ ਸਿਲਸਿਲੇ ਮੇਂ ਕਿਹਾ ਥਾ ਕਿ ਇਹ ਜੋ ਦਲੀਪ ਸਿੰਘ ਯਹਾਂ ਬੈਠਾ ਹੋਇਆ ਹੈ ਇਹ ਬੱਚਾ ਥਾ ਇਸਕਾ ਰਾਜ ਨਹੀਂ ਲੈਣਾ ਚਾਹੀਏ ਥਾ ਅਬ ਜਬ 1857 ਆਇਆ ਤੋ ਉਸਕੋ ਤਕਲੀਫ ਫਿਰ ਹੋਈ ਉਸਨੇ ਕਿਹਾ ਆਜ ਸੇ ਯੇ ਹਿੰਦੁਸਤਾਨ ਮੇਰਾ ਹੈ ਮਲਕਾ ਵਿਕਟੋਰੀਆ ਕੈਸਰੇ ਹਿੰਦ ਬਣ ਗਈ ਤੋ ਉਸਨੇ ਜੋ ਕੈਰੀਅਰ ਨਿਕਲੇ ਅੰਗਰੇਜ਼ੋਂ ਕੇ ਵਕਤ ਮੇਂ ਕਿਆ ਹੋਸਪਿਟਲ ਆ ਗਿਆ ਲਾਹੌਰ ਮੇਂ ਸਕੂਲ ਆ ਗਏ ਲਾਹੌਰ ਮੇਂ ਔਰ ਫਿਰ ਹਮਾਰੇ ਸਿੰਘ ਉਸ ਵਕਤ ਜੋ ਥੇ ਸੋਚਾ ਕਿ ਅਗਰ ਹਮਨੇ ਆਪਣਾ ਕਲਚਰ ਨਾ ਸੰਭਾਲਾ ਤੋ ਬਾਜ਼ੀ ਇਹ ਜੀਤ ਜਾਏਂਗੇ 1890 ਮੇਂ ਖਾਲਸਾ ਕਾਲਜ ਬਣਾ
और उसके देखा था कि बाकी लोगों में भी वो कॉलेज बनाए, विद्या का प्रसार किया, अस्पताल भी बनाए। लेकिन माफ़ कीजिएगा, जब मैं ये कहूँ कि 1947 में हम पंजाबी लोगों ने अपने आप को बहुत ज़्यादा नीचा दिखाया, एक दूसरे को मारा, उस वक़्त ये महसूस हुआ कि आज 64 साल होने में भी हमने वो नहीं सीखा जो एक रिपब्लिक में होना चाहिए था। हो सकता है आप नौजवान हैं, आज से ही आप अपने आप को इस लाइन पर डालें कि जो सीख हमने गुरु साहब से लेनी है वो लें। मैंने जो सीखा है वो मैं आपको बता दूं, मुझे सिर्फ श्लोक की समझ आई, पवन गुरु पानी पिता माता धरत महत दिवस रात दुई दाई दाया खेले सकल जगत। तो मैंने अपनी रिटायरमेंट के बाद कोई काम नहीं पकड़ा, मैंने ये देखा कि सतगुरु ने हुक्म किया हुआ है कि चार ही चीज़ें हैं जिससे सारा निज़ाम चल रहा है, खेल रहा है, क्या? हवा, पानी, धरती माँ और सूरज की रोशनी। तो उससे हेलाइन करके मेरे दोस्तों मैं अभी तक ये काम कर रहा हूँ, और उसमें बिनाइन एनर्जी सिस्टम्स के ऊपर मैंने सोलर एनर्जी, पैडल पावर, एनिमल पावर, बायोगैस, विंड एनर्जी, हाइड्रो एनर्जी, इसके ऊपर अपनी तरफ से जहाँ जहाँ मुझे मौका मिलता है रिसर्च करता हूँ। और मैं फिर YSL के टीम को मुबारकबाद देता हूँ और धन्यवाद देता हूँ कि इन्होंने मुझे मौका दिया कि इस ऐसे सुथरे और शानदार फोरम पर इतने इतने अच्छे लोगों को सुनने का मुझे मौका दिया। थैंक यू। भूपिंदर जी, एक क्वेश्चन सी मैं पढ़ रहा सी, आप जी ने फजिल्का इंडिया फर्स्ट कार फ्री सिटी का कॉन्सैप्ट इंट्रोड्यूस किया है, तो ये कॉन्सैप्ट मैं थोड़ा यूनीक लग्या है कि की कॉन्सैप्ट है? साध संगत जी, इस तरह है कि ये सारा कुछ उपजा वो श्लोक तो ही सी कि साड़ी धरती ते ग्लोबल वार्मिंग हो रही है, तो आम बंदे नूं पता नहीं कि एक किलो फ्यूल जिहड़ा पेट्रोलियम होवे अगर जलदा है तो 15.2 किलो सानू आसमान चो हवा लैनी पैंदी है। इहदा मतलब ये निकलिया कि पेट्रोल दे अगर 5 रुपये वध गए ने तो रौला बड़ा पैंदा है, तो जिहड़ी दाते दी हवा है उहनूं किवें ठीक कीता जावे। उहदे च फिर मैं अपनी टीम दे नाल सोचा, क्योंकि मैं एक उत्थे सोसाइटी बनाई है ग्रेजुएट्स वेलफेयर एसोसीएशन फाजिलका, और उहदे विच असीं इह तय कीता कि एक एरिया साडा है मार्केट दा जिथे असीं कंट्रोल कर सकदे हां। असीं उहदी 3 एंट्रेंस सी, उहदे ते असीं गेट लगाए और वह कंट्रोल असीं फायर ब्रिगेड नूं दित्ता, पुलिस नूं नहीं दित्ता। और हुण दुकानदार ने कहा कि यह ठीक है कि कारां या हैवी ट्रक इत्थे नहीं आणगे, क्योंकि वह बॉर्डर एरिया उत्थे वड्डे वड्डे आर्मी दे ट्रक भी चले जांदे सी। ਤਾਂ ਸਾਨੂੰ ਕੀ ਫਾਇਦਾ ਹੋਇਆ, ਸਾਡੇ ਤਾਂ ਗਾਹਕ ਘੱਟ ਗਿਆ। ਮੈਂ ਉਹਨਾਂ ਨੂੰ ਕਿਹਾ ਦੇਖੋ ਜਿਹੜਾ ਗਾਹਕ ਹੈ ਉਹ ਤਾਂ ਆਉਂਦਾ ਇੱਥੇ 10-15 ਅੱਧਾ ਘੰਟਾ ਵਾਸਤੇ ਸਮਾਨ ਲੈ ਕੇ ਚਲਾ ਜਾਂਦਾ ਹੈ, ਅਤੇ ਤੁਹਾਡੀ ਹਾਲਤ ਇਹ ਹੈ ਕਿ 8 ਘੰਟੇ ਤੁਸੀਂ ਆਪਣੀ ਦੁਕਾਨ ਦੇ ਵਿੱਚ ਬੈਠਣਾ ਜਾਂ ਤੁਹਾਡਾ ਮੁਲਾਜ਼ਮ ਬੈਠੇਗਾ, ਅਤੇ ਜਿਹੜੀ ਹਵਾ ਹੈ ਉਹ ਡੀਜ਼ਲ ਦੇ ਫਿਊਮ ਵਿੱਚ ਖਰਾਬ ਨਿਕਲਦੀ ਹੈ। ਕਿਰਪਾ ਕਰਕੇ ਤੁਸੀਂ ਸਾਡੇ ਨਾਲ ਮਿਲੋਗੇ ਅਤੇ ਤੁਹਾਡੀ ਸਿਹਤ ਠੀਕ ਰਹੇਗੀ, ਡਾਕਟਰ ਦੇ ਵਿਜ਼ਿਟ ਘੱਟ ਜਾਣਗੇ। ਉਹਨਾਂ 'ਚੋਂ ਕੁਝ ਸੰਘੇ ਦੁਕਾਨਦਾਰ ਸਨ, ਉਹਨਾਂ ਨੇ ਸਾਨੂੰ ਕਿਹਾ ਦੇਖੋ ਭਾਈ ਇਸ ਤਰ੍ਹਾਂ ਹੈ ਕਿ ਇੱਕ ਜੱਗ ਸਟੇਨਲੈਸ ਸਟੀਲ ਦਾ ਪਾਣੀ ਦਾ ਭਰ ਕੇ ਪਹਿਲਾਂ ਰੱਖਦੇ ਸੀ ਅਤੇ ਉਹਦੇ ਉੱਤੇ ਤਹਿ ਜੰਮ ਜਾਂਦੀ ਸੀ ਮਿੱਟੀ ਦੀ, ਧੂੰਏ ਦੀ, ਅਤੇ ਨਤੀਜਾ ਕੀ ਸੀ, ਥੱਲਾ ਨਹੀਂ ਸੀ ਨਜ਼ਰ ਆਉਂਦਾ। ਅਤੇ ਹੁਣ ਮੈਂ ਪੁੱਛਿਆ, ਉਹਨਾਂ ਕਿਹਾ ਜੀ ਹੁਣ ਤਾਂ ਪਾਣੀ ਥੱਲੇ ਨਜ਼ਰ ਆਉਂਦਾ ਹੈ, ਕਿਉਂ ਮਿੱਟੀ ਨਹੀਂ ਉੱਡਦੀ? ਮੈਂ ਕਿਹਾ ਫਿਰ ਸਾਡਾ ਮਿਸ਼ਨ ਠੀਕ ਹੈ ਨਾ। ਹੁਣ ਉੱਥੇ ਕੀ ਹੋਇਆ ਕਿ ਅਸੀਂ ਤਾਂ ਉਹਨਾਂ ਨੂੰ 10 ਵਜੇ ਤੋਂ 5 ਵਜੇ ਤੱਕ ਕਿਹਾ ਸੀ, ਉਹ ਕਹੇ 10 ਤੋਂ 4 ਅਸੀਂ ਚਲਾਵਾਂਗੇ ਤਾਂ ਕਿ ਸਮਾਨ ਵਗੈਰਾ ਜਿਹੜਾ ਆਉਂਦਾ ਹੈ ਉਹ ਅਨਲੋਡ ਹੋ ਸਕੇ। ਉਹਦੇ ਵਿੱਚ ਫਿਰ ਦੂਸਰਾ ਹਿੱਸਾ ਅਸੀਂ ਇਹ ਕੀਤਾ ਕਿ ਰਿਕਸ਼ਾ ਚਾਲਕ ਜਿਹੜੇ ਸੀ ਉੱਥੇ 600 ਦੇ ਕਰੀਬ ਨੇ, ਉਹ ਆਪਣੇ ਆਪ ਕੰਮ ਕਰ ਰਿਹਾ, ਸਾਡੀ ਵਜ੍ਹਾ ਨਹੀਂ ਕੋਈ ਕੰਮ ਕਰ ਰਿਹਾ। ਅਸੀਂ ਸੋਚਿਆ ਕਿ ਵੀ ਇਹ ਜਗ੍ਹਾ ਤਾਂ ਬਣ ਗਈ, ਹੁਣ ਇਹਦੇ ਅੰਦਰ ਸਵਾਰੀਆਂ ਕਿਵੇਂ ਜਾਣ, ਗਾਹ ਕਿਵੇਂ ਜਾਣ। ਅਸੀਂ ਉਹਨਾਂ ਨੂੰ ਪ੍ਰਮੋਟ ਕੀਤਾ, ਉਹਨਾਂ ਨੂੰ 5 ਈਕੋ ਕੈਬ ਅਸੀਂ ਨਾਂ ਦੇ ਦਿੱਤਾ ਅਤੇ ਬਣਾ ਦਿੱਤਾ। ਅਤੇ ਸਾਡੇ ਬ੍ਰਿਗੇਡੀਅਰ ਸਾਹਿਬ ਸਨ ਉੱਥੇ ਪਠਾਨੀ ਸਾਹਿਬ, ਅਸੀਂ ਉਹਨਾਂ ਨੂੰ ਅਰਜ਼ ਕੀਤੀ ਤੁਸੀਂ ਇਹਨਾਂ ਨੂੰ ਨਾਮ ਦਿਓ। ਕਹਿੰਦਾ ਵੀ ਇਹਨਾਂ ਨੂੰ ਕਿਸ ਗੱਲ ਦਾ ਨਾਮ? ਮੈਂ ਕਿਹਾ ਜੀ ਇਹ ਟਨਾਂ ਦੇ ਟਨ ਹਵਾ ਪਹੁੰਚਾਉਂਦੇ ਨੇ ਅਸਮਾਨ ਦੀ। ਜਦੋਂ ਅਸੀਂ ਉਹਨਾਂ ਨੂੰ ਸਵਾਲ ਕੱਢ ਕੇ ਦਿੱਤਾ, ਕਹਿੰਦਾ ਯੈਸ ਆਈ ਐਮ ਵਿਦ ਯੂ। ਉਹ ਸਾਡੇ ਫੰਕਸ਼ਨ 'ਤੇ ਆਏ, ਉਹਨਾਂ ਨੇ ਉਸ ਰਿਕਸ਼ਾ ਚਾਲਕ ਨੂੰ ਜੋ ਉਹਨਾਂ ਦਾ ਲੀਡਰ ਸੀ ਬੜਾ ਤਕੜਾ ਇਨਾਮ ਦਿੱਤਾ ਸਾਡੇ ਵੱਲੋਂ। ਅਤੇ ਮੁੜ ਕੇ ਗੱਲ ਇੱਥੇ ਆ ਗਈ ਕਿ ਬਈ ਸਤਿਗੁਰ ਨੇ ਤੁਹਾਨੂੰ ਹੁਕਮ ਦਿੱਤਾ ਹੋਇਆ ਕਿ ਬਈ ਇਹ ਸਾਰੀ ਖੇਡ ਹੈਗੀ ਹਵਾ, ਪਾਣੀ, ਧਰਤੀ ਮਾਂ ਅਤੇ ਸੋਲਰ ਰੇਡੀਏਸ਼ਨ ਦੀ, ਅਤੇ ਸਾਡੇ ਸਿੰਘ ਜਿਹੜੇ ਨੇ ਉਹ ਚਾਹੁੰਦੇ ਨੇ ਮੋਟਰਸਾਈਕਲ ਵੀ ਦਰਸ਼ਨ ਡਿਊਟੀ ਦੇ ਅੰਦਰ ਹੀ ਲੈ ਜਾਈਏ। ਇਹ ਗੱਲ ਬੜੀ ਅਜੀਬ ਜੀ ਲੱਗੀ। ਤਾਂ ਹੁਣ ਕੀ ਹੈ, ਇੱਕ ਸਾਲ ਅਸੀਂ ਇਹ ਕੰਮ ਕੀਤਾ ਤਾਂ KS ਪੰਨੂ ਸਾਹਿਬ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਮਿਸਟਰ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ, ਉਹਨਾਂ ਨੇ ਸੂਓ ਮੋਟੋ ਲੈ ਕੇ ਇਹ ਕਿਹਾ ਹੈ ਭਾਈ ਸਾਰੇ ਬੰਦੇ ਰਿਕਸ਼ਾ ਨੂੰ ਇੰਪਰੂਵ ਕਰੋ, ਉਹਦਾ ਵਜ਼ਨ ਘਟਾਓ। ਅਤੇ ਨਵੀਂ ਰਿਕਸ਼ਾ ਬਣੀ ਅਤੇ ਪੰਨੂ ਸਾਹਿਬ ਨੇ ਟਾਈਮਸ ਆਫ ਇੰਡੀਆ ਵਿੱਚ ਬਿਆਨ ਦਿੱਤਾ ਕਿ ਭਾਈ ਮੈਂ 10 ਤਾਂ ਚਲਾ ਦਿੱਤੇ ਨੇ, 90 ਹੋਰ ਹੈਗੇ ਹੈ, 4% ਦੇ ਇੰਟਰਸਟ ਅਸੀਂ ਦਿਆਂਗੇ।
ਮੈਂ ਆਪਣੀ ਟੀਮ ਕਿਹਾ ਵੀ ਇਹ ਇਵੇਂ ਹੁੰਦਾ ਆਪਾਂ ਤਾਂ ਅੰਬ ਖਾਣੇ ਆ ਪੇੜ ਨਹੀਂ ਗਿਣਨੇ ਅਸੀਂ ਤਾਂ ਸਤਿਗੁਰੂ ਦੀ ਸੇਵਾ ਕਰਨੀ ਹੈ ਕਿ ਉਹਨਾਂ ਨੇ ਜਿਹੜਾ ਹੁਕਮ ਕੀਤਾ ਹੋਇਆ ਹਵਾ ਪਾਣੀ ਧਰਤੀ ਮਾਂ ਦੀ ਆਗਿਆ ਪਾਲਣ ਕਰੋ ਹੁਣ ਧਰਤੀ ਮਾਂ ਦੇ ਤਾਂ ਅਸੀਂ ਕੇਸ ਹੀ ਵੱਢ ਦਿੱਤੇ ਸਾਰੇ ਪੇੜ ਵੱਢ ਵੁੱਢ ਕੇ ਲੱਕੜ ਲੁੱਕੜ ਬਣਾ ਕੇ ਕਿਤੇ ਸੁੱਟ ਦਿੱਤੇ ਅਤੇ ਤੁਹਾਨੂੰ ਪਾਣੀ ਦਾ ਤਾਂ ਤੁਹਾਨੂੰ ਦੱਸਦੇ ਨੇ ਵੱਡੇ ਬੰਦੇ ਕਿ ਅਗਲੀ ਲੜਾਈ ਸ਼ਾਇਦ ਪਾਣੀ ਦੀ ਹੋਣੀ ਹੈ ਆਪਾਂ ਸਿੰਘ ਹਾਂ ਅਸੀਂ ਆਪਣੇ ਕੰਮ ਉਹ ਲੱਭਣੇ ਨੇ ਜਿਹੜੇ ਗ੍ਰੀਨ ਐਂਡ ਕਲੀਨ ਨੇ ਔਰ ਉਹਦੇ ਵਿੱਚ ਸਾਡਾ ਯੋਗਦਾਨ ਹੋਏਗਾ ਜਿੱਥੇ ਜਹਾਂ ਜਹਾਂ ਖਾਲਸਾ ਵਹਾਂ ਵਹਾਂ ਰੱਖਿਆ ਰਹਿਤ ਸਤਿਗੁਰੂ ਨਾਨਕ ਨੇ ਸਾਨੂੰ ਯੂਨੀਵਰਸ ਦਾ ਕਾਨਸੈਪਟ ਦਿੱਤਾ ਹੈ ਪੰਜਾਬ ਇੱਕ ਬੜੀ ਛੋਟੀ ਜਗ੍ਹਾ ਹੈ ਹਿੰਦੁਸਤਾਨ ਇੱਕ ਛੋਟਾ ਜਿਹਾ ਸਬ ਕੰਟੀਨੈਂਟ ਹੈ ਪਰ ਸਾਰੀ ਧਰਤੀ 'ਤੇ ਰਾਜ ਕਰੇਗਾ ਖਾਲਸਾ ਭਾਈ ਇਸ ਦੇ ਬਜਾਏ ਦੂਜੇ ਬੰਨੇ ਵੇਖੋ ਨਾ ਸੇਵ ਕਮਾਏ ਖਾਲਸਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਪੈਸਨ ਪਾਈਏ ਗੱਲ ਪਕੜ ਲਓ ਜਿੰਨੇ ਕੰਮ ਨੇ ਉਹਦੇ 'ਚ ਆਹ ਲਿਆਓ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਪੈਸਨ ਪਾਈਏ ਸਤਿਗੁਰਾਂ ਦਾ ਹੁਕਮ ਹੈ ਅਤੇ ਆਪਾਂ ਕੀ ਕਹਿਣਾ ਹੈ ਸੇਵ ਕਮਾਏ ਖਾਲਸਾ ਰਾਜ ਆਪਣੇ ਆਪ ਮਿਲ ਜਾਏਗਾ ਆਈ ਥਿੰਕ ਮੇਰਾ ਖਿਆਲ ਮੈਂ ਆਪਣੇ ਵਿਚਾਰ ਨੂੰ ਪ੍ਰਗਟ ਕਰ ਦਿੱਤਾ ਧੰਨਵਾਦ ਥੈਂਕ ਯੂ ਜੀ